ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਪੰਜਾਬ ਟਾਕ ਵਿੱਚ ਅੱਜ ਆਪਾਂ ਗੱਲ ਕਰਦੇ ਆਂ ਸ਼ਹੀਦੀ ਹਫ਼ਤਿਆਂ ਦੇ ਦੂਜੇ ਦਿਨ ਜਦੋਂ ਪਹਿਲੇ ਦਿਨ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਉਸ ਤੋਂ ਬਾਅਦ ਅੱਗੇ ਕੀ ਕੀ ਗੁਰੂ ਸਾਹਿਬ ਦੇ ਨਾਲ ਅਤੇ ਗੁਰੂ ਸਾਹਿਬ ਦੇ ਪਰਿਵਾਰ ਨਾਲ ਅਤੇ ਬਾਕੀ ਸਿੰਘਾਂ ਨਾਲ ਕੀ ਕੁਝ ਹੋਇਆ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ ਉਹ ਤੁਹਾਨੂੰ ਸਾਰਾ ਕੁਝ ਆਪਾਂ ਇਸ ਵੀਡੀਓ ਵਿੱਚ ਤਰਤੀਬ ਵਾਰ ਦੱਸਦੇ ਆਂ ਪਰ ਆਪਾਂ ਥੋੜੀ ਜਿਹੀ ਗੱਲ ਉਸੇ ਰਾਤ ਦੀ ਫੇਰ ਕਰਦੇ ਆਂ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ 6 ਅਤੇ 7 ਕੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚੱਲਣ ਸਮੇਂ ਸਭ ਤੋਂ ਅੱਗੇ ਮਹਾਰਾਜ ਆਪ ਪੰਜ ਪਿਆਰੇ ਤੇ ਕੁਝ ਹੋਰ ਸਿੰਘ ਸੀ ਵਿਚਕਾਰ ਮਾਈਆਂ ਬਜ਼ੁਰਗ ਤੇ ਬੱਚੇ ਸੀ ਜਿਨ੍ਹਾਂ ਦੀ ਅਗਵਾਈ ਭਾਈ ਮਨੀ ਸਿੰਘ ਤੇ ਭਾਈ ਧਰਮ ਸਿੰਘ ਦਾ ਜਥਾ ਕਰ ਰਿਹਾ ਸੀ ਪਿੱਛੇ ਸਹਬਜਾਦੇ ਅਜੀਤ ਸਿੰਘ ਜੀ ਦਾ ਜਥਾ ਸੀ ਸਭ ਤੋਂ ਮਗਰ ਕੁਝ ਹੋਰ ਸਿੰਘ ਸੀ ਜਿਨ੍ਹਾਂ ਕੋਲ ਲੋੜਿੰਦਾ ਸਮਾਨ ਸੀ ਇਸ ਤਰ੍ਹਾਂ ਸਾਰਾ ਕਾਫਲਾ ਚੱਲਦਾ ਹੋਇਆ ਕੀਰਤਪੁਰ ਸਾਹਿਬ ਤੱਕ ਬਿਲਕੁਲ ਸ਼ਾਂਤ ਅਤੇ ਸਹੀ ਸਲਾਮਤ ਪਹੁੰਚ ਗਿਆ ਪਰ ਥੋੜੇ ਸਮੇਂ ਚ ਗਾਂ ਅਤੇ ਜੰਜੂ ਤੇ ਗੀਤਾ ਦੀਆਂ ਸੌਂ ਖਾਣ ਵਾਲੇ ਪਹਾੜੀ ਰਾਜੇ ਅਤੇ ਖੁਦਾ ਕੁਰਾਨ ਸ਼ਰੀਫ ਦੀਆਂ ਸੌਂ ਖਾਣ ਵਾਲੇ ਔਰੰਗਜ਼ੇਬ ਦੇ ਸੈਨਿਕ ਜਾਨੀ ਕਿ ਜੋ ਉਸ ਸਮੇਂ ਸੌਂ ਖਾ ਕੇ ਗੁਰੂ ਸਾਹਿਬ ਨੂੰ ਆਖਿਆ ਸੀ ਕਿ ਬਾਹਰ ਆਜਾ ਤੁਹਾਨੂੰ ਕੁਝ ਨਹੀਂ ਕਵਾਂਗੇ ਉਹਨਾਂ ਦੀਆਂ ਆਵਾਜ਼ਾਂ ਆਈਆਂ ਕਿ ਮਾਰ ਲਓ ਫੜ ਲਵੋ ਬਚ ਕੇ ਨਾ ਕੋਈ ਜਾਵੇ ਇਹਦੀਆਂ ਆਵਾਜ਼ਾਂ ਸੁਣੀਆਂ ਤੇ ਇੱਕਦਮ ਤੀਰਾਂ ਗੋਲਿਆਂ ਦੀ ਤਾੜ ਤਾੜ ਨੇ ਰਾਤ ਦੀ ਸ਼ਾਂਤੀ ਨੂੰ ਭੰਗ ਕਰ ਦਿੱਤਾ ਉਦੋਂ ਸਭ ਨੂੰ ਚੇਤੇ ਆਇਆ ਦਸ਼ਮੇਸ਼ ਪਿਤਾ ਸਹੀ ਕਹਿੰਦੇ ਸੀ ਕਿ ਪਰ ਹੁਣ ਬਹੁਤ ਢੇਰ ਹੋ ਚੁੱਕੀ ਸੀ ਕਿਉਂਕਿ ਗੁਰੂ ਸਾਹਿਬ ਨੇ ਆਖਿਆ ਸੀ ਕਿ ਇਨ੍ਹਾਂ ਸੋਹਾ ਖਾਣ ਵਾਲਿਆਂ ਤੇ ਯਕੀਨ ਨਾ ਕਰੋ ਆਪਾਂ ਪਛਤਾਵਾਂਗੇ ਪਰ ਉਸ ਸਮੇਂ ਸਾਰੇ ਪਛਤਾ ਰਹੇ ਸੀ ਪਰ ਹੱਥ ਵਿੱਚ ਉਹਨਾਂ ਦੇ ਕੁਝ ਵੀ ਨਹੀਂ ਸੀ ਹਮਲਾ ਵੀ ਰੋਕ ਕੇ ਇਸੇ ਕਰਕੇ ਕੀਤਾ ਗਿਆ ਸੀ ਕਿਉਂਕਿ ਕੀਰਤਪੁਰ ਲੰਗ ਲੈਣ ਵਿੱਚ ਦਿੱਤਾ ਜਾਵੇ ਤਾਂ ਕਿ ਵਾਪਸ ਮੁੜਨ ਦਾ ਕੋਈ ਚਾਰਾ ਨਾ ਰਹੇ ਕਿਉਂਕਿ ਜਦੋਂ ਗੁਰੂ ਸਾਹਿਬ ਨੂੰ ਏਡੀ ਦੂਰ ਤੱਕ ਕੀਰਤਪੁਰ ਸਾਹਿਬ ਤਾਂ ਗੁਰੂ ਸਾਹਿਬ ਆਪਣੇ ਪ੍ਰਵਾਸ ਮੇਲ ਜਥੇ ਸਮੇਤ ਆ ਗਏ ਤਾਂ ਉਹਨਾਂ ਨੂੰ ਕੋਈ ਹਮਲਾ ਰਾਜ਼ ਵਿੱਚ ਇਸ ਕੱਕੇ ਨਹੀਂ ਹੋਇਆ ਕਿਉਂਕਿ ਉਹਨਾਂ ਨੂੰ ਇਸ ਲਈ ਛੱਡ ਦਿੱਤਾ ਗਿਆ ਸੀ ਕਿ ਜੇ ਕਿਤੇ ਹਮਲਾ ਹੋਵੇ ਤੇ ਕਿਤੇ ਗੁਰੂ ਦੇ ਸਿੰਘ ਜਾਂ ਗੁਰੂ ਫਿਰ ਕਿਤੇ ਕਿਲੇ ਜਨਾ ਵੜ ਜਾਵੇ ਇਸ ਲਈ ਜਿੱਥੇ ਤੱਕ ਏਰੀਆ ਸੇਫ ਸੀਗਾ ਦੂਰ ਤੱਕ ਕਿਲੇ ਤੋਂ ਦੂਰ ਤੱਕ ਲਿਆਂਦਾ ਗਿਆ ਤੇ ਕੋਈ ਵੀ ਹਮਲਾ ਉੱਤਕ ਨਹੀਂ ਕੀਤਾ ਗਿਆ ਇੱਕ ਤਾਂ ਪੋ ਦਾ ਮਹੀਨਾ ਅਤ ਦੀ ਠੰਡ ਅਤ ਦੀ ਰਾਤ ਦਾ ਸਮਾਂ ਫਿਰ ਮੌਸਮ ਵੀ ਖਰਾਬ ਬੱਦਲ ਬਾਈ ਬਿਜਲੀ ਲਿਸ਼ਕੇ ਮੀਂਹ ਪੈ ਰਿਹਾ ਸੀ ਥੋੜਾ ਸਮਾਂ ਸਸਨਾਂ ਦੀ ਵੀ ਹੜ੍ਹ ਤੇ ਆਈ ਹੋਈ ਸੀ ਇੱਧਰ ਬੈਰੀਆਂ ਦਾ ਹੜ੍ਹ ਅਚਾਨਕ ਚੜ ਕੇ ਆਇਆ ਹੋਇਆ ਸੀ ਸਤਗੁਰ ਨੇ ਉਸ ਸਮੇਂ ਪਾਈ ਉਹਦੇ ਸਿੰਘ ਜਿਨ੍ਹਾਂ ਨੇ ਆਨੰਦਪੁਰ ਦੀ ਜੰਗ ਵੇਲੇ ਹੰਕਾਰੀ ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ ਉਸ ਨੂੰ 50 ਸਿੰਘਾਂ ਦਾ ਜਥਾ ਦੇ ਕੇ ਭੇਜਿਆ ਭਾਈ ਉਹਦੇ ਸਿੰਘਾਂ ਦਾ ਜਥਾ ਦੀਵਾਰ ਬਣ ਕੇ ਵੈਰੀਆਂ ਅੱਗੇ ਇਸ ਤਰ੍ਹਾਂ ਖੜ ਗਿਆ ਸਤਗੁਰੂ ਸ਼ਾਹੀ ਟਿੱਬੀਆਂ ਤੋਂ ਲੰਘਦੇ ਹੋਏ ਸੱਸਾ ਦੇ ਕੰਡੇ ਪਹੁੰਚੇ ਅੰਮ੍ਰਿਤ ਵੇਲਾ ਹੋ ਗਿਆ ਸੀ ਚੋਜੀ ਪ੍ਰੀਤਮ ਬਾਜਾਂ ਵਾਲੇ ਮੇਰੇ ਸਾਈ ਨੇ ਉੱਥੇ ਦੀਵਾਨ ਲਗਾਇਆ ਅਤੇ ਆਪ ਬੈਠ ਕੇ ਸੰਪੂਰਨ ਅਸਾਦੀ ਵਾਰ ਦਾ ਕੀਰਤਨ ਕੀਤਾ ਇਹ ਵੀ ਕਮਾਲ ਹੈ ਕਿ ਜੰਗ ਹੜ ਮੀਹ ਹਨੇਰੀ ਰਾਤ ਬਾਜਾਂ ਵਾਲਾ ਬਾਪੂ ਕੀਰਤਨ ਕਰ ਰਿਆ ਇੱਕ ਪਾਸੇ ਜੰਗ ਚੱਲ ਰਹੀ ਆ ਹੜ ਹਨੇਰੀ ਬੜਾ ਕੁਝ ਹੋ ਰਿਆ ਤੇ ਦੂਜੇ ਪਾਸੇ ਗੁਰੂ ਪਾਤਸ਼ਾਹ ਕੀਰਤਨ ਕਰ ਰਹੇ ਨੇ ਇਹ ਉਹਨਾਂ ਦੀ ਰੰਗਤ ਸੀਗੀ ਉਹਨਾਂ ਨੂੰ ਕੋਈ ਨਹੀਂ ਸਮਝ ਸਕਦਾ ਉਧਰ ਜੰਗ ਚ ਭਾਈ ਉਹਦੇ ਸਿੰਘ ਜੋ ਕਿ ਪਿਛਲੇ 3 ਘੰਟਿਆਂ ਤੋਂ ਬਿਆਰੀਆਂ ਅੱਗੇ ਦਿਵਾਰ ਬਣ ਕੇ ਖੜੇ ਹੋ ਸੀ ਇੱਕ ਇੱਕ ਕਰਕੇ ਸਾਰੇ ਸਿੰਘ ਸ਼ਹੀਦ ਹੋ ਗਏ ਭਾਈ ਉਹਦੇ ਸਿੰਘ ਨੇ ਐਸਾ ਯੁੱਧ ਕੀਤਾ ਕਿ ਮੁਗਲ ਉਹਨਾਂ ਨੂੰ ਹੀ ਗੁਰੂ ਸਾਹਿਬ ਨੇ ਤੇ ਰਹੇ ਕਹਿਣ ਇਸ ਨੂੰ ਮਾਰ ਲਓ ਬਸ ਆਪਣੀ ਫਤਿਹ ਹੈ ਜਦੋਂ ਭਾਈ ਉਹਦੇ ਸਿੰਘ ਸ਼ਹੀਦੀ ਪਾ ਗਏ ਤਾਂ ਗੁਰੂ ਮਾਰ ਲਿਆ ਗੁਰੂ ਮਾਰ ਲਿਆ ਇਹ ਕਹਿ ਕੇ ਮੁਗਲਾਂ ਨੇ ਅਤੇ ਪਹਾੜੀ ਰਾਜਾਂ ਨੇ ਖੁਸ਼ੀ ਮਨਾਈ ਪਰ ਥੋੜੀ ਦੇਰ ਬਾਅਦ ਪਤਾ ਲੱਗਿਆ ਕਿ ਇਹ ਤਾਂ ਸਿੱਖ ਸੀ ਕੋਈ ਹੋਰ ਗੁਰੂ ਨਹੀਂ ਸੀ ਗੁਰੂ ਤਾਂ ਲੰਘ ਗਿਆ ਅੱਗੇ ਜਿਸ ਦੇ ਕਲਪ ਦੇ ਰੁੱਖ ਥੱਲੇ ਭਾਈ ਉਹਦੇ ਸਿੰਘ ਜੀ ਸ਼ਹੀਦ ਹੋਏ ਸਨ ਉਸ ਦਾ ਮੋਢ ਹੁਣ ਵੀ ਮੌਜੂਦ ਹੈ ਉੱਥੇ ਸ਼ਹੀਦੀ ਸਥਾਨ ਬਣਿਆ ਹੋਇਆ ਹੈ ਜੋ ਪਿੰਡ ਅਟਾਰੀ ਚ ਹੈ ਉਦੋਂ ਅਟਾਰੀ ਪਿੰਡ ਵਸਿਆ ਨਹੀਂ ਸੀ ਭਾਈ ਉਹਦੇ ਸਿੰਘ ਜੀ ਦਾ ਸ਼ਹੀਦੀ ਦਿਹਾੜਾ 7 ਪੂਰਨ ਮਨਾਇਆ ਜਾਂਦਾ ਇੱਧਰ ਮੁਗਲ ਫੌਜ ਸਰਸਾ ਦੇ ਕੰਢੇ ਜਾੜਾਈ ਅੱਗੋਂ ਸੈਭਜਾ ਦੇ ਅਜੀਤ ਸਿੰਘ ਦੇ ਜਥੇ ਨੇ ਬਿਆਰੀਆਂ ਦੇ ਮੂੰਹ ਤੋੜ ਦਿੱਤੇ ਇੱਥੋਂ ਸਰਸਾ ਦੇ ਕੰਢੇ ਸਤਗੁਰ ਦਾ ਸਾਰਾ ਪਰਿਵਾਰ ਵਿਛੜ ਗਿਆ ਬਾਬਾ ਸੂਰਜਮਾਲ ਜੀ ਪੁੱਤਰ ਗੁਲਾਬਮਾਲ ਜੀ ਤੇ ਸ਼ਾਮਲ ਮੱਲ ਨੂੰ ਗੁਰੂ ਸਾਹਿਬ ਨੇ ਇੱਕ ਚਿੱਠੀ ਲਿਖ ਕੇ ਰਾਜੇ ਨਾਨਨ ਵੱਲ ਤੋਰ ਦਿੱਤਾ ਜਿੱਥੇ ਸਤਗੁਰਾਂ ਦੇ ਕਹੇ ਰਾਜੇ ਨੇ ਇੱਕ ਪਿੰਡ ਗਿਰਵੀ ਨਾਮ ਦੇ ਦਿੱਤਾ ਉਹ ਦੋਵੇਂ ਉੱਥੇ ਰਹੇ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਨਾਲ ਭਾਈ ਜਵਾਰ ਸਿੰਘ ਜੀ ਦੇ ਘਰ ਭੇਜ ਦਿੱਤਾ ਉੱਥੋਂ ਅੱਗੇ ਚਲੇ ਗਏ ਮਾਤਾ ਗੁਜਰ ਕੌਰ ਤੇ ਛੋਟੇ ਸਹਿਬ ਜੱਦੇ ਇਸ ਵੀ ਨਾਲ ਬਿਲਕੁਲ ਹੀ ਵਿਛੜ ਗਏ ਪਰਿਵਾਰ ਵਿਛੋੜਾ ਸਥਾਨ ਵੀ ਇੱਥੋਂ ਹੀ ਹੋਂ ਦੇ ਵਿੱਚ ਆਇਆ ਇਸੇ ਜਗ੍ਹਾ ਤੇ ਪਰਿਵਾਰ ਵਿਛੋੜਾ ਸਥਾਨ ਬਣਿਆ ਜਿੱਥੋਂ ਇੱਥੇ ਮਾਤਾ ਗੁਜਰੀ ਜੀ ਦੇ ਵੱਡੇ ਸਾਹਿਬਜਾਂ ਦੇ ਤੋਂ ਵਿਚੜ ਗਏ ਸਨ ਬੱਖੋ-ਬੱਖ ਹੋ ਗਏ ਸਨ ਹੋਰ ਕੋਈ ਰਾਹ ਨਾ ਦੇ ਕੇ ਹੱਟ ਤੇ ਆਏ ਸ਼ੱਲਾ ਮਾਰਦੀਆਂ ਸਰਸਾ ਨੂੰ ਪਾਰ ਕਰਨ ਦਾ ਫੈਸਲਾ ਕੀਤਾ ਬਹੁਤ ਸਾਰੇ ਘੋੜੇ ਸਿੰਘ ਬਜ਼ੁਰਗ ਬੱਚੇ ਤੇ ਹੋਰ ਸਾਜੂ ਸਮਾਨ ਸਰਸਾ ਚ ਰੁੜ ਗਿਆ ਕਈ ਸਾਲਾਂ ਦੀ ਮਿਹਨਤ ਦੇ ਨਾਲ ਦਰਬਾਰੀ ਕਵੀਆਂ ਵੱਲੋਂ ਤਿਆਰ ਕੀਤਾ ਮਹਾਨ ਗ੍ਰੰਥ ਵਿਦਿਆ ਸਾਗਰ ਜਿਸ ਦਾ ਵਜਨ ਉਸ ਸਮੇਂ 9 ਮਣ ਲਿਖਿਆ ਮਿਲਦਾ ਯਾਨੀ ਕਿ 9 ਮਣ ਦਾ ਇੱਕ ਵਿਦਿਆ ਸਾਗਰ ਗ੍ਰੰਥ ਸੀਗਾ ਸਾਡੇ ਸਿੱਖ ਧਰਮ ਵਿੱਚ ਜੋ ਉਸ ਸਮੇਂ ਸਾਦੀ ਪਿੰਡ ਚੜ ਗਿਆ ਜੋ ਸਿੱਖਾਂ ਦੇ ਹੱਥੋਂ ਨਿਕਲ ਗਿਆ ਕੌਰੇ ਪਤਾ ਨਹੀਂ ਗੁਰੂ ਸਾਹਿਬ ਨੇ ਉਹਦੇ ਵਿੱਚ ਕੀ ਕੀ ਦਰਜ ਕਰਵਾਇਆ ਸੀ ਐਡਾ ਤਗੜਾ ਖਜ਼ਾਨਾ ਸੀ ਜੋ ਉਸ ਸਮੇਂ ਸਿੱਖਾਂ ਦੇ ਹੱਥੋਂ ਨਿਕਲ ਗਿਆ ਸਰਸਾ ਕੰਡੇ ਸਾਹਿਬਜਾ ਦੇ ਅਜੀਤ ਸਿੰਘ ਦੇ ਘੇਰੇ ਵਿੱਚ ਆ ਗਏ ਭਾਈ ਜੀਵਨ ਸਿੰਘ ਜੀ ਜੋ ਦਿੱਲੀ ਤੋਂ ਨਵੇਂ ਪਾਸਤਾ ਦਾ ਚੀਸ ਲਿਆਏ ਸੀ ਉਹਨਾਂ ਨੂੰ ਜਥਾ ਦੇ ਕੇ ਭੇਜਿਆ ਉਹਨਾਂ ਸਾਹਿਬਜਾਦਿਆਂ ਨੂੰ ਘੇਰੇ ਚੋਂ ਕੱਢ ਕੇ ਅੱਗੇ ਭੇਜ ਦਿੱਤਾ ਆਪ ਉੱਥੇ ਹੱਕ ਢਾ ਕੇ ਖੜ ਗਏ 10 ਘੜੀਆਂ ਤੋਂ ਵੱਧ ਸਮਾਂ ਲੜਦੇ ਰਹੇ ਸਾਰਾ ਜਥਾ ਸ਼ਹੀਦ ਹੋ ਗਿਆ ਭਾਈ ਜੀਵਨ ਸਿੰਘ ਜੀ ਦਾ ਅੰਗ ਅੰਗ ਵਿੰਨਿਆ ਗਿਆ ਫਿਰ ਮੱਥੇ 'ਚ ਗੋਲੀ ਵੱਜੀ ਨਾਲ ਉਹ ਵੀ ਸ਼ਹੀਦੀ ਪਾ ਗਏ ਸਰਸਾ ਦਾ ਪਾਣੀ ਚ ਖਲੋ ਕੇ ਸਤਗੁਰੂ ਜੀ ਨੇ ਮਗਰ ਨੂੰ ਕਈ ਤੀਰ ਮਾਰੇ ਜਿਸ ਨਾਲ ਨਾਮੀ ਜਰਨੈਲ ਜੰਪੂਰੀ ਨੂੰ ਭੇਜ ਦਿੱਤੇ ਯਾਨੀ ਕਿ ਮੁਗਲਾਂ ਦੇ ਜੋ ਤਕੜਾ ਤਕੜੇ ਜਰਨੈਲ ਸੀਗੇ ਮੌਦੇ ਘਾਟਾ ਉਧਾਰਤੇ ਤੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਸਰਸਾ ਪਾਰ ਕਰਕੇ ਗੁਰੂ ਸਤਗੁਰੂ ਜੀ ਨੇ ਦੋਵੇਂ ਵੱਡੇ ਸਾਹਿਬਜਾਦੇ ਪੰਜ ਪਿਆਰੇ ਤੇ ਕੁਝ ਹੋਰ ਸਿੰਘਾਂ ਜੋ ਬਚ ਗਏ ਸਨ ਪਿੰਡ ਕਨੋਲੇ ਤੋਂ ਲੋਧੀ ਮਾਜਰਾ ਦੇ ਰਸਤੇ ਹੁੰਦੇ ਹੋਏ ਰੋਪੜ ਵੱਲ ਤੁਰ ਪਏ ਅੱਗੋਂ ਰੋਪੜ ਦੇ ਰੰਗਰ ਪਠਾਣਾ ਨੇ ਅਚਾਨਕ ਹਮਲਾ ਕਰ ਦਿੱਤਾ ਇਹ ਰੋਪੜੀਆ ਵੀ ਕਿਸੇ ਸਮੇ ਗੁਰੂ ਘਰ ਦੇ ਸੇਵਾਦਾਰ ਹੁੰਦੇ ਸਨ ਪਰ ਅੱਜ ਨੰਮਕ ਹਰਾਮ ਬਣ ਗਏ ਪਠਾਨਾਂ ਦੇ ਨਾਲ ਚੰਗੀ ਝੜਪ ਹੋਈ ਕਈ ਮਾਰੇ ਗਏ ਕਈ ਭੱਜ ਗਏ ਸਤਿਗੁਰੂ ਉੱਥੇ ਫੇਰ ਕੋਟਲੇ ਨੂੰ ਮੁੜ ਪਏ ਇੱਥੇ ਨਿਹੰਗ ਖਾਨ ਸਤਿਗੁਰਾਂ ਦਾ ਅਸਥਾਨ ਹੁੰਦਾ ਸੀ ਜਿਸ ਦੇ ਵੱਡੇ ਵੀ ਗੁਰੂ ਘਰ ਨਾਲ ਪਿਆਰ ਕਰਦੇ ਸਨ ਇੰਨਾ ਕਰ ਪਹਿਲਾਂ 6ਵੇਂ ਪਾਤਸ਼ਾਹ ਨੇ 7ਵੇਂ ਪਾਤਸ਼ਾਹ ਨੇ ਵੀ ਚਰਨ ਪਾਈ ਹੋਈ ਸਨ ਇੱਕ ਵਾਰ ਕਲਗੀਧਰ ਪਾਤਸ਼ਾਹ ਵੀ ਆਏ ਸੀ ਅੱਜ ਵੀ ਨਿਹੰਗ ਖਾਨ ਨੇ ਸਤਿਗੁਰਾਂ ਨੂੰ ਆਪਣੇ ਘਰ ਟਿਕਾਇਆ ਬੜੀ ਸੇਵਾ ਕੀਤੀ ਜਦੋਂ ਨਿਹੰਗ ਖਾਨ ਨੂੰ ਕਿਲਾ ਛੱਡਣ ਦਾ ਸਰ ਸਾਡੇ ਜੰਗਲ ਚ ਪਰਿਵਾਰ ਵਿਛੋੜੇ ਦਾ ਤੇ ਮੁਗਲਾਂ ਤੇ ਹਿੰਦੂਆਂ ਵੱਲੋਂ ਕਸਮਾਂ ਤੋੜਨ ਦਾ ਪਤਾ ਲੱਗਿਆ ਤੇ ਬੜੀਆਂ ਲਾਂਤਾਂ ਪਾਈਆਂ ਉਹਨਾਂ ਨੇ ਮਹਾਰਾਜ ਦੀ ਪਿਆਰ ਨਾਲ ਸੇਵਾ ਕੀਤੀ ਪਿਛਲੇ ਕਮਰੇ ਵਿੱਚ ਆਸਣ ਲਾਇਆ ਇਤਨੇ ਔਖੇ ਵੇਲੇ ਵੀ ਪਿਆਰ ਦੀ ਤੰਦ ਨਾ ਟੁੱਟਣ ਦਿੱਤੀ ਕੁਝ ਸਮੇਂ ਬਾਅਦ ਸਹਬਜਾਦਾ ਅਜੀਤ ਸਿੰਘ ਭਾਈ ਬਜਿੱਤਰ ਸਿੰਘ ਨੂੰ ਲੈ ਕੇ ਆਏ ਜੋ ਰੋਪੜ ਦੇ ਪਠਾਣਾ ਨਾਲ ਲੜਦੇ-ਲੜਦੇ ਗੰਭੀਰ ਜ਼ਖਮੀ ਹੋ ਗਏ ਸੀ ਗੁਰੂ ਪਾਤਸ਼ਾਹ ਦਾ ਪਿਆਰ ਦੇਖੋ ਆਪ ਮੰਝੇ ਤੋਂ ਉੱਠ ਕੇ ਭਾਈ ਬਜਿੱਤਰ ਸਿੰਘ ਜੀ ਨੂੰ ਆਸਣ ਤੇ ਲਟਾਇਆ ਇਹ ਉਹੀ ਬਜਿੱਤਰ ਸਿੰਘ ਨੇ ਜਿਨ੍ਹਾਂ ਨੇ ਕਿਸੇ ਵੇਲੇ ਗੁਰੂ ਤੋਂ ਤਾਪੜਾ ਲੈ ਕੇ ਨਾਗਣੀ ਨਾਲ ਹਾਥੀ ਦਾ ਸਿਰ ਪਾੜਿਆ ਸੀ ਭਾਈ ਸਾਹਿਬ ਜੀ ਦੇ ਜ਼ਖਮਾਂ ਤੇ ਮਲਮ ਪੱਟੀ ਕੀਤੀ ਸਤਿਗੁਰੂ ਮਹਾਰਾਜ ਨੇ ਇਸ ਥਾਂ ਨੂੰ ਸੁਰੱਖਿਤ ਨਾ ਜਾਣਦੇ ਹੋਏ ਅੱਗੇ ਚੱਲਣ ਦਾ ਫੈਸਲਾ ਕੀਤਾ ਨਿਹੰਗ ਖਾਂ ਪੁੱਤਰ ਆਲਮ ਖਾਂ ਸਤਿਗੁਰਾਂ ਨੂੰ ਰਾਹ ਦੱਸਣ ਲਈ ਨਾਲ ਚੱਲ ਪਿਆ ਭਾਈ ਬਚਿੱਤਰ ਸਿੰਘ ਨੂੰ ਉੱਥੇ ਰਹਿਣ ਦਿੱਤਾ ਉਹ ਚੱਲਣ ਦੀ ਹਾਲਤ 'ਚ ਨਹੀਂ ਸਨ ਮਹਾਰਾਜ ਦੇ ਜਾਣ ਬਾਅਦ ਸੂਮਿਲਤ ਦੇ ਕੋਲ ਸਿਪਾਹੀ ਨਿਹੰਗ ਖਾਂ ਦੇ ਘਰ ਆਏ ਘਰ ਦੀ ਤਲਾਸ਼ੀ ਲਈ ਇੱਕ ਬੰਦ ਕਮਰਾ ਸੀ ਖੋਲਣ ਲਈ ਕਿਹਾ ਤਾਂ ਨਿਹੰਗ ਖਾਂ ਜੀ ਨੇ ਇਹ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਮੁਮਤਾਜ ਤੇ ਦਮਾਦ ਹੈ ਕਹੋਂ ਤਾਂ ਖੋਲ ਦੇ ਮਹਲਾਸ਼ੀ ਵਾਲੇ ਨੇ ਕਿਹਾ ਨਹੀਂ ਕੋਈ ਲੋੜ ਨਹੀਂ ਗਲਤ ਖਬਰ ਮਿਲੀ ਹੋ ਨੰਗ ਖਾਂ ਦਿੱਤੀ ਬੀਬੀ ਮੁਮਤਾਜ ਨੇ ਜਦੋਂ ਪਿਤਾ ਦੇ ਮੂੰਹੋਂ ਦਮਾਦ ਸ਼ਬਦ ਸੁਣਿਆ ਤੇ ਜਖਮੀ ਲੇਟੇ ਭਾਈ ਬਜਿੱਤਰ ਸਿੰਘ ਜੀ ਦੇ ਕਦਮਾਂ ਵਿੱਚ ਸੀਸ ਧਰ ਕੇ ਉਹਨਾਂ ਨੂੰ ਮਨੋਮਨੀ ਆਪਣਾ ਪਤੀ ਮੰਨ ਲਿਆ ਅਗਲੇ ਦਿਨ ਭਾਈ ਬਜਿੱਤਰ ਸਿੰਘ ਜੀ ਸ਼ਹੀਦੀ ਪਾ ਗਏ ਉਹਨਾਂ ਦਾ ਸੰਸਕਾਰ ਆਪਣੇ ਘਰ ਦੇ ਪਿਛਲੇ ਪਾਸੇ ਖੂਹ ਕੋਲ ਕੀਤਾ ਉਹ ਖੂਹ ਅੱਜ ਵੀ ਮੌਜੂਦ ਹੈ ਪਰ ਬੀਬੀ ਮੁਮਤਾਜ ਜੀ ਨੇ 135 ਸਾਲ ਉਮਰ ਭੋਗੀ ਪਰ ਨਿਕਾਹ ਨਹੀਂ ਕਰਾਇਆ ਕਿਉਂਕਿ ਉਹਨਾਂ ਦੇ ਪਿਤਾ ਨੇ ਆਖਿਆ ਸੀ ਕਿ ਮੇਰਾ ਦਮਾਦ ਆਇਆ ਇਸ ਕਰਕੇ ਉਹਨਾਂ ਨੇ ਮਨੁਮਨੀ ਤਨੁਮਨੋ ਸਭ ਪਾਸਿੋਂ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਸਮਝ ਲਿਆ ਸੀ ਸਤ ਗੁਰ ਜੀ ਨੇ ਚੱਲਣ ਤੋਂ ਪਹਿਲਾਂ ਬਾਬਾ ਨਿਹੰਗ ਖਾਨ ਨੂੰ ਪਿਆਰ ਨਾਲ ਇੱਕ ਕਟਾਰ ਇੱਕ ਢਾਲ ਨਿਸ਼ਾਨੀ ਦਿੱਤੀ ਜੋ ਅੱਜ ਵੀ ਨਿਹੰਗ ਖਾਨ ਜੀ ਦੇ ਘਰ ਕੋਠਲੇ ਮੌਜੂਦ ਹੈ ਭਾਈ ਬਚਿੱਤਰ ਸਿੰਘ ਨੇ ਸ਼ਾਸਤ੍ਰਵੀ ਨੇ ਕਮਰੇ ਵਿੱਚ ਗੁਰੂ ਘਰ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਧਰ ਨਿਹੰਗ ਖਾਨ ਦਾ ਪੁੱਤਰ ਲਖੀਮਪੁਰ ਤੱਕ ਸਾਇਬ ਨੂੰ ਛੱਡ ਕੇ ਆਇਆ ਲਖੀਮਪੁਰ ਥੋੜਾ ਸਮਾਂ ਰੁੱਕ ਕੇ ਸਤਗੁਰ ਬੂਰ ਮਾਜਰਾ ਪਹੁੰਚ ਗਏ ਉੱਥੇ ਇੱਕ ਖੂਹ ਤੋਂ ਗੁਰੂ ਸਾਹਿਬ ਨੇ ਸਿੰਘਾਂ ਨੇ ਪਾਣੀ ਪੀਤਾ ਤੇ ਹੱਥ ਮੂੰਹ ਧੋਤਾ ਤੇ ਫਿਰ ਅੱਗੇ ਚੱਲ ਪਏ ਪਿੰਡ ਦੁੱਗਰੀ ਹੋ ਕੇ ਤਾਲਪੁਰਾ ਦਾ ਟਿੱਬਾ ਲੰਘ ਕੇ ਸਤਪੋਥ ਸ਼ਾਮ ਨੂੰ ਚਮਕੌਰ ਸਾਹਿਬ ਦੇ ਬਾਹਰ ਵੱਰ ਇੱਕ ਬਾਗ ਵਿੱਚ ਜਾ ਬਰਾਜੇ ਹੁਣ ਤੁਸੀਂ ਦੇਖੋ ਇੰਨਾ ਕੁਝ ਗੁਰੂ ਸਾਹਿਬ ਨਾਲ ਹੋਇਆ ਇੱਕ ਸਿੱਧਕ ਸਿੱਖੀ ਕਰਕੇ ਉਸ ਸਮੇਂ ਕਹਿੰਦੇ ਗੁਰੂ ਸਾਹਿਬ ਕੋਲੇ ਜਿਹੜਾ ਗ੍ਰੰਥ ਸੀਗਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਿਆ ਆ ਉਹ ਵੀ ਰੁੱੜ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਕਿ ਸਿਰਫ ਆਪਣੇ ਗ੍ਰੰਥ ਤੇ ਸ਼ਾਸਤਰ ਚੱਕ ਲੋ ਉਸ ਸਮੇ ਗੁਰੂ ਸਾਹਿਬ ਕੋਲੇ ਇੰਨਾ ਜਿਆਦਾ ਖਜ਼ਾਨਾ ਸੀ ਕਰੋੜਾਂ ਰੁਪਏ ਦੇ ਵਿੱਚ ਸਾਰਾ ਉਹਨਾਂ ਨੇ ਆਖਿਆ ਕਿ ਜਦ ਤੱਕ ਅਗਨਪਿੰਡ ਕਰ ਦਵੋ ਤੇ ਜਾਂ ਪਾਣੀ ਵਿੱਚ ਰੋੜ ਦਵੋ ਕਿਉਂਕਿ ਸਿੱਖਾਂ ਦਾ ਜਿਹੜਾ ਅਸਲ ਖਜ਼ਾਨਾ ਆ ਉਹ ਸਿੱਖਾਂ ਦੀ ਗੁਰਬਾਣੀ ਆ ਅਤੇ ਸ਼ਾਸਤਰ ਆ ਤੇ ਗੁਰੂ ਸਾਹਿਬ ਨੇ ਉਹਨਾਂ ਦੋਨਾਂ ਚੀਜ਼ਾਂ ਨੂੰ ਤਰਜੀਹ ਦਿੱਤੀ ਸੀਗੀ ਆਪਣੇ ਨਾਲ ਰੱਖਿਆ ਸੀਗਾ ਤੇ ਹੁਣ ਤੁਸੀਂ ਦੇਖੋ ਉਸ ਸਮੇ ਪਰਿਵਾਰ ਵੀ ਵਿਛੜਦਾ ਸਭ ਕੁਝ ਹੋ ਗਿਆ ਛੋਟੇ ਸਬਜਾਦੇ ਵੀ ਵਿਛੜ ਗਏ ਤੇ ਮਾਤਾ ਗੁਜਰੀ ਵੀ ਵਿਛੜ ਗਈ ਵੱਡੇ ਸਾਹਿਬਜਾਦੇ ਵੀ ਇੱਕ ਪਾਸੇ ਹੋ ਕੇ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਉਸ ਸਮੇਂ ਉਹ ਦਿਨ ਐਡਾ ਚੰਦਰਾ ਸੀ ਕਹਿੰਦੇ ਉਦੋਂ ਵੀਰਾਂ ਨਾਲ ਵੀਰ ਵਿਛੜ ਗਏ ਵੱਡੇ ਸਾਹਿਬਜਾਦੇ ਗੁਰੂ ਸਾਹਿਬ ਨਾਲ ਅਤੇ ਬਾਕੀ ਦੇ ਸਿੰਘ ਗੁਰੂ ਸਾਹਿਬ ਨਾਲ ਲੱਗ ਕੇ ਸਰਸਾ ਪਾਰ ਕਰਕੇ ਰੋਪੜ ਵੱਲ ਨੂੰ ਚਲੇ ਗਏ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਤੋਂ ਸਰਸਾ ਨਹੀਂ ਪਾਰ ਕੀਤੀ ਗਈ ਉਹ ਉੱਥੋਂ ਹੀ ਕਿਸੇ ਓਬੜ ਰਾਹਾਂ ਵੱਲ ਨੂੰ ਹੋ ਕੇ ਦੂਜੇ ਪਾਸੇ ਦੀ ਹੋ ਕੇ ਅੱਗੇ ਚਾਲੇ ਪੈ ਗਈ ਉਹਨਾਂ ਦੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਜਥੇ ਸਮੇਤ ਸਰਸਾ ਨੂੰ ਪਾਰ ਕਰਕੇ ਰੋਪੜਵਾਲ ਨੂੰ ਹੋ ਚੱਲੇ 7 ਪੋ 1704 ਈਸਵੀ ਦੀ ਚੰਦਰੀ ਰਾਤ ਐਡੀ ਕਲੇਣੀ ਸੀ ਕਿ ਕਹਿੰਦੇ ਉਦੋਂ ਗੁਰੂ ਸਾਹਿਬ ਦਾ ਐਡਾ ਕੀਮਤੀ ਪਰਿਵਾਰ ਤੇ ਸਿੱਖ ਪੰਥ ਸਾਰਾ ਹੀ ਉਸ ਸਮੇਂ ਸਰਸਾ ਦੇ ਪੇਟ ਚੜ ਗਿਆ ਅਤੇ ਉੱਥੇ ਵਿਛੜ ਗਿਆ ਉਸ ਤੋਂ ਬਾਅਦ ਅੱਧੇ ਸਿੰਘ ਸਰਸਾ ਪਾਰ ਕਰ ਗਏ ਅੱਧਿਆਂ ਤੋਂ ਪਾਰ ਨਹੀਂ ਹੋ ਸਕੇ ਕਿਉਂਕਿ ਇੰਨੇ ਦਿਨਾਂ ਦੇ ਭੁੱਖੇ ਸਨ ਬਹੁਤ ਦਿਨਾਂ ਦੇ ਭੁੱਖੇ ਸਨ ਤੇ ਉਹਨਾਂ ਦੇ ਸਰੀਰ ਵਿੱਚ ਤਾਕਤ ਵੀ ਨਹੀਂ ਰਹੀ ਸੀ ਇਸ ਕਰਕੇ ਕੁਝ ਸਿੰਘ ਪਾਰ ਕਰ ਚੁੱਕੇ ਸੀ ਤੇ ਕੁਝ ਉੱਥੇ ਹੀ ਸ਼ਹੀਦیاں ਪਾ ਗਏ ਸਰਸਾ ਦੀ ਭੇਟ ਚੜ ਗਏ ਤੇ ਉਸ ਤੋਂ ਬਾਅਦ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਉਹ ਉਥੋਂ ਦੂਜੇ ਰਸਤੇ ਦੀ ਹੋ ਕੇ ਪਿੰਡਾਂ ਵੱਲ ਨੂੰ ਹੋ ਚਲੇ ਤੇ ਅੱਗੋਂ ਉਹਨਾਂ ਦਾ ਮੇਲ ਹੁੰਦਾ ਆ ਗੰਗੂ ਬ੍ਰਾਹਮਣ ਨਾਲ ਉਹ ਤੁਹਾਨੂੰ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਅਗਲੇ ਪਾਰਟ ਵਿੱਚ ਦੱਸਾਂਗੇ ਕਿ ਕਿੱਦਾਂ ਗੰਗੂ ਬ੍ਰਾਹਮਣ ਨੇ ਕੁਝ ਥੋੜੇ ਜੇ ਲਾਲਚ ਪਿੱਛੇ ਥੋੜੇ ਜੇ ਲਾਲਚ ਪਿੱਛੇ ਕਿ ਇਹ ਮੇਂ ਛੋਟੇ-ਛੋਟੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਸ਼ਹੀਦ ਕਰਵਾਇਆ ਉਹ ਤੁਸੀਂ ਵੇਖ ਕੇ ਆਪਣੇ ਆਪ ਅੰਦਾਜ਼ਾ ਲਾ ਲਵੋਗੇ ਕਿ ਸਿੱਖ ਪੰਥ ਲਈ ਗੁਰੂ ਸਾਹਿਬ ਨੇ ਕੀ ਕੁਝ ਹੰਡਾਇਆ ਤੇ ਅੱਜ ਅਸੀਂ ਮਾੜੀ ਜਿਹੀ ਗੱਲ ਤੇ ਕਹਿ ਦਿੰਨੇ ਆ ਕਿ ਸਾਨੂੰ ਆਹ ਨਹੀਂ ਮਿਲਿਆ ਤੇ ਆਪਾਂ ਗਰ ਬਦਲ ਲਓ ਪਖੰਡੀਆਂ ਦੇ ਜਾਣ ਲੱਗ ਜੋ ਪਰ ਗੁਰੂ ਸਾਹਿਬ ਕੋਲ ਸਭ ਕੁਝ ਸੀਗਾ ਉਹਨਾਂ ਨੂੰ ਕੁਝ ਵੀ ਨਹੀਂ ਚਾਹੀਦਾ ਸੀ ਉਹਨਾਂ ਨੇ ਫਿਰ ਵੀ ਜੇ ਇੱਕ ਪੰਥ ਚਲਾਇਆ ਇੱਕ ਧਰਮ ਚਲਾਇਆ ਤਾਂ ਕਿੰਨਾ ਕਰਕੇ ਸਾਡੇ ਕਰਕੇ ਸੋ ਸਾਨੂੰ ਇਹ ਗੱਲਾਂ ਕਦੇ ਵੀ ਨਹੀਂ ਭੁੱਲਣੀਆਂ ਚਾਹੀਦੀ ਤੇ ਸਿੱਖ ਇਤਿਹਾਸ ਨਾਲ ਜੁੜਨਾ ਚਾਹੀਦਾ ਆ ਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਇਤਿਹਾਸ ਕਿੱਦਾਂ ਲੱਗਿਆ ਕਮੈਂਟ ਕਰਕੇ ਜੂ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ